ਕਹਿੰਦਾ ਕੁੜਤੀ ਤੇਰੀ ਤੇ ਮੈਨੂੰ ਲਟਕਣ ਪੱਟ ਦੇ ਦੂਜਾ ਲੱਟਦਾ ਕੋਬਰਾ। ਹੈਲੋ ਐਵਰੀਵਨ, ਵੈਲਕਮ ਟੂ ਮਾਈ ਚੈਨਲ ਸੀਮਾ ਕ੍ਰੀਏਟਿਵ। ਮੈਂ ਸੀਮਾ, ਮੈਂ ਆਪਕੇ ਸਾਹਮਣੇ ਇੱਕ ਵੀਡੀਓ ਲਾ ਰਹੀ ਹੂੰ। ਐਜ਼ ਏ ਨੋਰਮਲ ਵੀਡੀਓ ਹੈ, ਇਸਮੇ ਕੋਈ ਸਪੈਸ਼ਲਿਟੀ ਨਹੀਂ ਹੈ, ਬਟ ਆਪਣਾ ਥੋੜ੍ਹੀ ਸਾ ਆਪਣੇ ਬਾਰੇ ਮੈਂ ਬਤਾਊਂਗੀ, ਕਿਉਂਕਿ ਇਹ ਮੇਰੀ ਫਸਟ ਵੀਡੀਓ ਹੈ। ਔਰ ਆਈ ਐਮ ਵੈਰੀ ਐਕਸਾਈਟਿਡ ਕਿ ਮੈਂ ਇੱਕ ਵੀਡੀਓ ਬਣਾ ਰਹੀ ਹੂੰ। ਜੈਸੇ ਕਿ ਦੇਖੋ, ਮੈਂ ਇੱਕ ਸੋਚ ਬਤਾ ਦੇਤੀ ਹੂੰ ਕਿ ਜਬ ਹਮ ਕੋਈ ਚੀਜ਼ ਦੇਖਤੇ ਹੈ ਯਾ ਕੋਈ ਚੀਜ਼ ਸੁਣਤੇ ਹੈ ਯਾ ਕੋਈ ਚੀਜ਼ ਉਸਸੇ ਰਿਲੇਟਿਡ ਹੋਤੀ ਹੈ, ਤੋ ਹਮੇਂ ਬੜਾ ਅੱਛਾ ਲੱਗਤਾ ਹੈ ਕਿ ਉਸਕੋ ਦੇਖਣਾ। ਜੈਸੇ ਹਮ ਟੀ ਵੀ ਪੇ ਵੀ ਬਹੁਤ ਕੁਛ ਦੇਖਤੇ ਹੈ, ਤੋ ਜੋ ਚੀਜ਼ ਹਮੇਂ ਪਸੰਦ ਹੋਤੀ ਹੈ ਹਮ ਉਸਕੋ ਦੇਖਤੇ ਹੈ। ਹਮਾਰੇ ਪਾਸ ਕੋਈ ਵੀ ਕੁਸ਼ਚਨ ਕਾ ਜਵਾਬ ਜਬ ਹਮੇਂ ਨਹੀਂ ਮਿਲਤਾ ਹੈ, ਤੋ ਮੇਰੇ ਹਸਬੈਂਡ ਵੀ ਬੋਲਤੇ ਹੈ, ਮੇਰੀ ਫੈਮਿਲੀ ਮੇਂ ਵੀ ਬਹੁਤ ਪੜ੍ਹੇ ਲਿਖੇ ਜੋ ਲੋਕ ਹੈ ਵੋ ਬੋਲਤੇ ਹੈ, ਜੋ ਐਂਡਰਾਇਡ ਫੋਨ ਯੂਜ਼ ਕਰਦੇ ਹੈ, ਕਿ ਬਈ ਚਲੋ ਗੂਗਲ ਪੇ ਸਰਚ ਕਰਦੇ ਹੈ। ਮੰਨ ਲੀਜੀਏ ਹਮੇਂ ਕੋਈ ਕੁੱਕ ਮੇਂ ਕੋਈ ਚੀਜ਼ ਨਹੀਂ ਆਤੀ ਹੈ, ਤੋ ਹਮ ਕਿਆ ਕਰੇਂਗੇ ਕਿ ਪਹਿਲੇ ਕਿਆ ਹੋਤਾ ਥਾ ਕਿ ਦਾਦਾ ਨਾਨੀ ਜੋ ਵੀ ਹੋਤੇ ਥੇ ਹਮ ਉਨਸੇ ਫੋਨ ਕਰਕੇ ਯਾ ਵੈਸੇ ਗੈਟ ਟੁਗੈਦਰ ਕਰਕੇ ਪੁੱਛ ਲੇਤੇ ਬਈ ਯੇ ਚੀਜ਼ ਕੈਸੇ ਬਨੇਗੀ। ਬਟ ਅਬ ਕਿਆ ਹੈ ਕਿ ਹਮ ਗੂਗਲ ਪੇ ਸਰਚ ਕਰਦੇ ਹੈ, ਤੋ ਅਗਰ ਹਮ ਕਿਚਨ ਮੇਂ ਵੀ ਖੜੇ ਹੋਏ ਹੋਤੇ ਤੋ ਹਮੇਂ ਉਸਸੇ ਰਿਲੇਟਿਡ ਕੋਈ ਵੀ ਰੈਸਿਪੀ ਮਿਲ ਜਾਤੀ ਹੈ, ਔਰ ਹਮ ਫਟਾਫਟ ਬਣਾ ਲੇਤੇ ਹੈ। ਐਸੇ ਹੀ ਹਮਾਰਾ ਬੁਟੀਕ ਸੇ ਰਿਲੇਟਿਡ ਹੋਤਾ ਹੈ, ਕਿ ਬਈ ਹਮੇਂ ਕੋਈ ਫੈਸ਼ਨ ਸੇ ਰਿਲੇਟਿਡ ਹਮੇਂ ਅੱਛਾ ਲੱਗਤਾ ਹੈ, ਕਿ ਬਈ ਹਮੇਂ ਅੱਛੇ ਸੇ ਡਰੈਸਿੰਗ ਸੈਂਸ ਮੇਂ ਰਹਿਣਾ ਹੈ, ਹਮੇਂ ਕਹੀਂ ਪਾਰਟੀ ਮੇਂ ਜਾਣਾ ਹੈ, ਤੋ ਹਮੇਂ ਕੈਸੇ ਕੱਪੜੇ ਪਹਿਨਣੇ ਚਾਹੀਏ, ਔਰ ਹਮੇਂ ਕੱਪੜੇ ਮਿਲੇਂਗੇ ਤੋ ਕਹਾਂ ਅੱਛੇ ਮਿਲੇਂਗੇ, ਕਿਸ ਤਰੀਕੇ ਸੇ ਲੁੱਕ ਵਾਈਜ਼ ਚੇਂਜ ਕਰਨਾ ਚਾਹੀਏ। ਹਮੇਂ ਮੇਕਅਪ ਕਰਨਾ ਬਿਲਕੁਲ ਨਹੀਂ ਆਤਾ ਹੈ, ਬਟ ਹਮੇਂ ਮੇਕਅਪ ਸੇ ਰਿਲੇਟਿਡ ਕੋਈ ਵੀ ਵੀਡੀਓ ਦੇਖਣੀ ਹੋਤੀ ਹੈ, ਤੋ ਹਮ ਕਿਆ ਕਰੇਂਗੇ, ਗੂਗਲ ਪੇ ਕੁਛ ਲਾਈਨੇ ਲਿਖੇਂਗੇ, ਸਰਚ ਕਰੇਂਗੇ, ਔਰ ਤੁਰੰਤ ਵੋ ਵੀਡੀਓ ਨਿਕਲ ਕੇ ਆ ਜਾਂਦੀ ਹੈ, ਔਰ ਹਮ ਉਸ ਵੀਡੀਓ ਕੋ ਦੇਖ ਕੇ ਹਮੇਂ ਬੜੀ ਹੈਲਪ ਮਿਲਤੀ ਹੈ। ਸੱਚ ਪੁੱਛੂ ਤੋ ਮੇਰੇ ਕੋ 90% ਬਹੁਤ ਹੈਲਪ ਮਿਲਤੀ ਹੈ, ਔਰ 90% ਨਹੀਂ 99% ਮੈਂ ਸੈਟਿਸਫਾਈ ਹੋ ਜਾਤੀ ਹੂੰ, ਕਿ ਬਈ ਹਾਂ ਮੈਂ ਇਹ ਵੀਡੀਓ ਦੇਖੀ ਹੈ ਤੋ ਮੁਝੇ ਬਹੁਤ ਅੱਛੀ ਲੱਗੀ ਹੈ, ਔਰ ਮੈਂ ਉਸੀ ਤਰੀਕੇ ਸੇ ਰਹੂੰਗੀ। ਔਰ ਸੱਚ ਮੈਂ ਮੁਝੇ ਬਹੁਤ ਅੱਛਾ ਲੱਗਤਾ ਹੈ, ਔਰ ਇਸੀ ਵਜ੍ਹਾ ਸੇ ਮੈਂ ਇੱਕ ਪਹਿਲੀ ਵੀਡੀਓ ਡਾਲ ਰਹੀ ਹੂੰ, ਔਰ ਮੈਂ ਚਾਹਤੀ ਹੂੰ ਕਿ ਆਪ ਵੀ ਮੇਰੀ ਵੀਡੀਓ ਕੋ ਪਸੰਦ ਕਰੇ, ਸਬਸਕ੍ਰਾਈਬ ਕਰੇ। ਮੈਂ ਆਪਕੋ ਨਹੀਂ ਜਾਣਤੀ, ਆਪ ਮੇਰੇ ਕੋ ਨਹੀਂ ਜਾਣਤੇ ਹੋ, ਬਟ ਵੀ ਯੂਟਿਊਬ ਪੇ ਇੱਕ ਫੈਮਿਲੀ ਬਣ ਜਾਤੀ ਹੈ, ਕਿ ਸਭ ਕੇ ਵਿਊਜ਼ ਚੈੱਕ ਕਰਦੀ ਹੂੰ, ਔਰ ਉਨਕੋ ਬਾਰ ਬਾਰ ਦੇਖਤੀ ਹੂੰ। ਸੱਚ ਪੁੱਛੂ ਤੋ ਮੈਂ ਉਨਕੋ ਡਾਊਨਲੋਡ ਕਰਕੇ ਵੀ ਰੱਖਤੀ ਹੂੰ, ਤਾਂ ਕਿ ਵੋ ਮੁਝੇ ਆਗੇ ਹੈਲਪ ਕਰ ਸਕੇ। ਤੋ ਸੱਚ ਮੈਂ ਇੱਕ ਚੀਜ਼ ਔਰ ਵੀ ਦੇਖਣੇ ਕੋ ਮਿਲਤੀ ਹੈ, ਕਿ ਹਰ ਇਨਸਾਨ ਮੇਂ ਕੁਛ ਨਾ ਕੁਛ ਕੁਆਲਿਟੀ ਹੋਤੀ ਹੈ, ਹਰ ਇਨਸਾਨ ਕੇ ਪਾਸ ਇੱਕ ਕੁਆਲਿਟੀ ਹੋਤੀ ਹੈ, ਔਰ ਉਸ ਕੁਆਲਿਟੀ ਕਾ ਫਾਇਦਾ ਹਮੇਂ ਹੀ ਕਿਉਂ ਮਿਲੇ, ਸਭੀ ਲੋਗੋ ਕੋ ਮਿਲਣਾ ਚਾਹੀਏ, ਔਰ ਸਭੀ ਲੋਗੋ ਕੋ ਤਭੀ ਮਿਲੇਗਾ ਜਬ ਹਮ ਉਸਕੋ ਸ਼ੇਅਰ ਕਰੇਂਗੇ। ਸ਼ੇਅਰ ਕੈਸੇ ਕਰ ਸਕਦੇ ਹਮ, ਵੀਡੀਓ ਡਾਲ ਕਰ। ਮੈਂ ਵੀ ਆਪਣੀ ਇੱਕ ਪਹਿਲੀ ਵੀਡੀਓ ਡਾਲ ਰਹੀ ਹੂੰ, ਮੈਂ ਬਹੁਤ ਐਕਸਾਈਟਿਡ ਹੂੰ, ਮੁਝੇ ਬਹੁਤ ਅੱਛਾ ਲੱਗ ਰਿਹਾ ਹੈ, ਵੀਡੀਓ ਕੇਵਲ ਆਪਣੀ ਸੋਚ ਸੇ ਰਿਲੇਟਿਡ ਵੀਡੀਓ ਡਾਲ ਰਹੀ ਹੂੰ, ਔਰ ਅਗਰ ਮੇਰੀ ਥੋੜ੍ਹੀ ਸੀ ਵੀ ਇਹ ਵੀਡੀਓ ਲਾਈਕ ਕੀ ਜਾਤੀ ਹੈ, ਤੋ ਮੁਝੇ ਅੱਛਾ ਲੱਗੇਗਾ ਕਿ ਮੈਂ ਆਗੇ ਸੇ ਨੈਕਸਟ ਮੈਂ ਸੱਚ ਬਤਾਤੀ ਹੂੰ ਕਿ ਮੈਂ ਇੱਕ ਕੁਛ ਐਸੀ ਵੀਡੀਓ ਡਾਲੂੰਗੀ ਜੋ ਮੁਝਮੇ ਜੋ ਕੁਆਲਿਟੀ ਹੈ ਵੋ ਮੈਂ ਆਪਕੇ ਸਾਹਮਣੇ ਸ਼ੇਅਰ ਕਰ ਸਕੂੰ, ਵੋ ਬੁਟੀਕ ਸੇ ਰਿਲੇਟਿਡ ਵੀ ਹੋ ਸਕਤੀ ਹੈ, ਯਾਨੀ ਫੈਸ਼ਨ ਸੇ ਰਿਲੇਟਿਡ ਵੀ ਹੋ ਸਕਤੀ ਹੈ, ਵੋ ਬਿਊਟੀ ਸੇ ਰਿਲੇਟਿਡ ਵੀ ਹੋ ਸਕਤੀ ਹੈ, ਵੋ ਹੈਲਥ ਸੇ ਰਿਲੇਟਿਡ, ਵੋ ਸਕਿਨ ਸੇ ਰਿਲੇਟਿਡ ਵੀ ਹੋ ਸਕਤੀ ਹੈ, ਜੋ ਮੇਰੇ ਕੋ ਨੌਲੇਜ ਹੈ ਵੋ ਮੈਂ ਆਪਕੇ ਸਾਹਮਣੇ ਸ਼ੇਅਰ ਕਰੂੰਗੀ, ਕਿਉਂਕਿ ਮੁਝੇ ਵੀ ਬਹੁਤ ਅੱਛਾ ਲੱਗੇ। ਯੂਟਿਊਬ ਪਰ ਵੀ ਐਸਾ ਹੀ ਹੋਤਾ ਹੈ ਕਿ ਹਮ ਦੂਸਰੇ ਸੇ ਨੌਲੇਜ ਲੈ ਕਰ ਹਮ ਆਪਣੇ ਆਪ ਮੇਂ ਇੰਪਰੂਵਮੈਂਟ ਲਾਤੇ ਹੈ, ਔਰ ਵੋ ਇੰਪਰੂਵਮੈਂਟ ਹਮਾਰੇ ਲੀਏ ਬਹੁਤ ਫਾਇਦੇਮੰਦ ਹੋਤਾ ਹੈ, ਔਰ ਕੁਛ ਚੀਜ਼ੇ ਹਮੇਂ ਅੱਛੀ ਹੋਤੀ ਲਾਤੀ ਹੈ, ਤੋ ਉਸਕੋ ਹਮ ਅਗਰ ਸ਼ੇਅਰ ਕਰੇਂਗੇ ਤੋ ਵੋ ਆਗੇ ਆਨੇ ਵਾਲੇ ਲੋਗੋ ਕੇ ਲੀਏ ਬਹੁਤ ਅੱਛਾ ਲੱਗੇਗਾ ਕਿ ਉਨ੍ਹਾਂ ਕੋ ਵੋ ਚੀਜ਼ ਮਿਲੀ ਹੈ। ਹਮਾਰੇ ਯੂਟਿਊਬ ਪੇ ਮੈਂ ਦੇਖਤੀ ਹੂੰ ਕਿ ਸਭੀ ਲੋਕ ਆਤੇ ਹੈ ਵਹਾਂ, ਜੋ ਆਪਣੀ ਵੀਡੀਓ ਸ਼ੇਅਰ ਕਰਕੇ ਆਪਣੀ ਬਾਤੇ ਸ਼ੇਅਰ ਕਰਕੇ ਨੌਲੇਜ ਦੇਤੇ ਹੈ, ਉਸਮੇਂ ਮੋਟੀਵੇਸ਼ਨਲ ਨੌਲੇਜ ਵੀ ਹੋਤੀ ਹੈ, ਕਿ ਵੀ ਜਿਸ ਸੇ ਹਮੇਂ ਅੱਛੇ ਸੇ ਗਿਆਨ ਮਿਲਤਾ ਹੈ ਵੋ ਹਮਾਰੀ ਐਜੂਕੇਸ਼ਨ ਸੇ ਰਿਲੇਟਿਡ ਵੀ ਹੋਤੀ ਹੈ, ਔਰ ਜੋ ਮਹਿਲਾਏ ਆਪਣੇ ਘਰ ਮੇਂ ਰਹਿਤੀ ਹੈ ਵੋ ਬਹੁਤ ਕੁਛ ਘਰ ਪੇ ਰਹਿ ਕਰ ਐਂਡਰਾਇਡ ਫੋਨ ਸੇ ਬਹੁਤ ਕੁਛ ਸੀਖ ਸਕਤੀ ਹੈ, ਵੋ ਕੈਸੇ ਸੀਖੇਂਗੀ, ਵੋ ਹਮ ਜੈਸੇ ਜੋ ਲੋਕ ਹੋਤੇ ਹੈ ਐਸੀ ਹੀ ਇੱਕ ਵੀਡੀਓ ਡਾਲਤੇ ਹੈ, ਔਰ ਕੁਛ ਵੀਡੀਓ ਇਤਨੀ ਫੇਮਸ ਹੋਤੀ ਹੈ ਕਿਉਂਕਿ ਬਾਤੇ ਇਤਨੀ ਅੱਛੀ ਲੱਗਤੀ ਹੈ ਕਿ ਵੋ ਆਗੇ ਤੱਕ ਉਨਕਾ ਮਨ ਕਰਤਾ ਹੈ ਕਿ ਭਾਈ ਹਮ ਫਿਰ ਇੱਕ ਦੂਸਰੀ ਵੀਡੀਓ ਡਾਲਤੇ ਹੈ, ਔਰ ਵੋ ਆਪਣੀ ਅੱਛੀ ਅੱਛੀ ਚੀਜ਼ੇ ਸਭਕੇ ਸਾਹਮਣੇ ਸ਼ੇਅਰ ਕਰਦੀ ਹੈ, ਔਰ ਸਭਕੋ ਅੱਛਾ ਵੀ ਲੱਗਤਾ ਹੈ ਕਿ ਭਾਈ ਹਾਂ ਉਨ੍ਹਾਂ ਨੇ ਆਪਣੀ ਚੀਜ਼ੇ ਆਪਣੀ ਬਾਤੇ ਆਪਣੀ ਨੌਲੇਜ
सबको शेयर करी है भाई। अब वो क्वालिटी मैं शेयर करूँगी वीडियो डालकर। अभी मैं नहीं बताऊँगी कि मुझ में क्या क्वालिटी है, बट प्रॉमिस करती हूँ कि जो चीज़ें मुझे आती हैं वो मैं वीडियो के ज़रिए आपको बताती जाऊँगी। आज के लिए बस इतना ही काफ़ी है। थैंक यू सो मच कि आपने मेरी वीडियो देखी, और आप मेरी वीडियो लाइक करें, सब्सक्राइब करें। थैंक यू सो मच, थैंक यू, बाय बाय।